ਸਾਤਸ੍ਰੀ ਅਕਾਲ ਜੀ ਮੈਂ ਤੁਹਾਡਾ ਸਵਾਗਤ ਸਖੈਨਾ ਪੰਜਾਬੀ ਖਬਰਾਂ ਵੇਖ ਰਿਹਾ ਹਾਂ ਆਪ ਸਭ ਦਾ ਸਵਾਗਤ ਕਰਦੇ ਹਾਂ ਖਬਰਾਂ ਸ਼ੁਰੂਆਤ ਕਰਾਂਗੇ ਪੰਗੰਜਰ ਹੈਡਲਾਈਨਸ ਤੇ ਅੱਜ ਵਰਡ ਯੂਥ ਸਕਿੱਲ ਡੇ ਪ੍ਰਧਾਨ ਮੰਤਰੀ ਮੋਦੀ ਦਾ ਨੌਜਵਾਨਾਂ ਨੂੰ ਸੰਦੇਸ਼ ਕਿ ਹੁਨਰ ਸਾਡੇ ਲਈ ਨਵੀਂ ਪ੍ਰੇਰਨਾ ਲੈ ਕੇ ਆਉਂਦਾ ਹੈ ਹੁਨਾ ਨੌਜਵਾਨਾਂ ਦੀ ਸਭ ਤੋਂ ਵੱਡੀ ਤੱਕ ਰਾਜਸਥਾਨ ਵਿੱਚ ਸਿਆਸੀ ਤੂਫਾਨ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਤੋੜੀ ਚੁੱਪੀ ਕਿ ਹਾਂ ਮੈਂ ਭਾਜਪਾ ਵਿੱਚ ਨਹੀਂ ਹੋ ਰਿਹਾ ਸ਼ਾਮਿਲ ਭਾਰਤ ਵਿੱਚ ਮਹਾਮਾਰੀ ਦਾ ਦਿਨੋ ਦਿਨ ਲਗਾਤਾਰ ਹੀ ਕਹਿਰ ਜਾਰੀ ਇੱਕ ਦਿਨ ਵਿੱਚ ਰਿਕਾਰਡ 29429 ਨਵੇਂ ਮਾਮਲੇ ਦਰਜ ਦੇਸ਼ ਵਿੱਚ ਪੀੜਤਾ ਦਾ ਅੰਕੜਾ ਵੱਧ ਕੇ 9.36 ਲੱਖ ਤੇ ਪਾਰ ਪੰਜਾਬ ਵਿੱਚ ਮਹਾਂਮਾਰੀ ਦਾ ਕੇਜਾਰੀ ਅਜਿਹਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ 15 ਕੇਸਾਂ ਦੀ ਪੁਸ਼ਟੀ ਨਾਲ ਹੀ ਅੱਜ ਇੱਕ ਮਰੀਜ਼ ਨੇ ਤੋੜਿਆ ਦਮ ਉਧਰ ਜ਼ਿਲ੍ਹਾ ਪਟਿਆਲਾ ਵਿੱਚ 3 ਕੇਸਾਂ ਦੀ ਪੁਸ਼ਟੀ ਪੰਜਾਬ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਦਾ ਹੋਵੇਗਾ ਮਹਾਂਮਾਰੀ ਟੈਸਟ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਦਿੱਤੀ ਸਲਾਹ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪੋਜ਼ਿਟਿਵ ਪਾਈ ਜਾਣ ਤੋਂ ਬਾਅਦ ਫੈਸਲਾ ਖਬਰਾਂ ਵਿੱਚ ਆਰਨਲ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵਰਲਡ ਯੂਥ ਸਕਿੱਲ ਡੇ ਦੇ ਮੌਕੇ ਤੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਨਰ ਹੀ ਨੌਜਵਾਨਾਂ ਦੀ ਸਭ ਤੋਂ ਵੱਡੀ ਤਾਕਤ ਹੈ ਹੁਨਰ ਹੀ ਇਨਸਾਨ ਨੂੰ ਜੀਉਣ ਦੀ ਤਾਕਤ ਦਿੰਦਾ ਹੈ ਬਦਲਦੇ ਹੋਏ ਤਰੀਕਿਆਂ ਦੇ ਉਹਨਾਂ ਨੂੰ ਬਦਲ ਦਿੰਦਾ ਹੈ ਅੱਜ ਦਾ ਦਿਨ 21ਵੀਂ ਸਦੀ ਦੇ ਨੌਜਵਾਨਾਂ ਨੂੰ ਸਮਰਪਿਤ ਹੈ ਸਾਡੇ ਨੌਜਵਾਨ ਅੱਜ ਦੇ ਸਮੇਂ ਵਿੱਚ ਕਈ ਨਵੀਆਂ ਗੱਲਾਂ ਨੂੰ ਅਪਣਾ ਰਹੇ ਨੇ ਹੁਨਰ ਤੁਹਾਨੂੰ ਬਾਕੀ ਸਾਰਿਆਂ ਤੋਂ ਵੱਖਰਾ ਬਣਾਉਂਦਾ ਹੈ ਇਹ ਨੌਜਵਾਨਾਂ ਲਈ ਖਜ਼ਾਨੇ ਵਾਂਗ ਹੈ ਹੁਨਰ ਦੀ ਤਾਕਤ ਇਨਸਾਨ ਨੂੰ ਉਚਾਈਆਂ ਤੇ ਲੈ ਕੇ ਜਾਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹੁਨਰ ਹੀ ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ। ਮੋਦੀ ਨੇ ਕਿਹਾ ਹੈ ਕਿ ਮਹਾਮਾਰੀ ਨੇ ਉਹਨਾਂ ਮਹਾਮਾਰੀ ਦੌਰਾਨ ਆਖਿਆ ਕਿ ਮਹਾਮਾਰੀ ਆਫਤ ਨੇ ਨੇਚਰ ਆਫ ਜੌਬ ਨੂੰ ਬਦਲ ਦਿੱਤਾ। ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਹੁਨਰ ਨੂੰ ਸਿੱਖਦੇ ਰਹੋਗੇ ਤਾਂ ਜ਼ਿੰਦਗੀ ਵਿੱਚ ਉਤਸ਼ਾਹ ਵਧੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਛੇਕੜੇ ਪ੍ਰਧਾਨ ਮੰਤਰੀ ਯਾਨਕੀ ਪ੍ਰਧਾਨ ਕੋਸ਼ਲ ਵਿਕਾਸ ਕੇਂਦਰ ਖੋਲੇ ਗਏ ਨੇ। आईटीआई दी गिनती वढ़ाई गई है। उना विच लखां नवेया सीटा जोड़ी गईया ने। इस दौरान 5 करोड़ तो ज्यादा लोका दा हुनर विकास किता जा चुके है और ए मुहिम लगातार जारी। दस के दी के प्रधानमंत्री मोदी दीया महत्वपूर्ण योजनावा स्किल इंडिया मिशन नु आज 5 साल पूरे हो गए ने। इस मौके ते उना ने हुनर विकास मंत्रालय वलो डिजिटल कॉन्क्लेव दा आयोजन किता गया। ਰਾਜਸਥਾਨ ਵਿੱਚ ਸਿਆਸੀ ਤੂਫਾਨ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਚੁੱਪੀ ਤੋੜ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਹੇ ਜਾਣਕਾਰੀ ਅਨੁਸਾਰ ਪਾਇਲਟ ਨੇ ਇੱਕ ਨਿਊਜ਼ ਏਜੰਸੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਰਾਜਸਥਾਨ ਦੀ ਸੱਤਾ ਵਿੱਚ ਵਾਪਸ ਲਿਆਉਣ ਲਈ ਬਹੁਤ ਮਿਹਨਤ ਕੀਤੀ ਸੀ ਇਹ ਪੁੱਛੇ ਜਾਣ ਤੇ ਕਿ ਉਹ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਤਾਂ ਉਹਨਾਂ ਕਿਹਾ ਕਿ ਮੈਂ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਹਾਂ ਪਾਇਲਟ ਦਾ ਕਹਿਣਾ ਸੀ ਕਿ ਰਾਜਸਥਾਨ ਦੇ ਕੁਝ ਨੇਤਾ ਇਨ ਅਫਵਾਹਾਂ ਨੂੰ ਹਵਾ ਦੇ ਰਹੇ ਨੇ ਕਿ ਮੈਂ 파ਛਵਾ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਜਦਕਿ ਇਹ ਸੱਚ ਨਹੀਂ ਹੈ ਦੋਹਾ ਮੁੱਖ ਅਹੁਦਿਆਂ ਤੋਂ ਹਟਾਏ ਜਾਣ ਤੋਂ ਬਾਅਦ ਪਾਇਲਟ ਨੇ ਪਹਿਲੀ ਵਾਰ ਜਨਤਕ ਰੋਕ ਨਾਲ ਇੰਨੀ ਵਿਸਥਾਰਪੂਰਵਕ ਟਿੱਪਣੀ ਕੀਤੀ ਮੰਨਿਆ ਜਾ ਰਿਹਾ ਹੈ ਕਿ ਉਹ ਛੇਤੀ ਹੀ ਆਪਣੇ ਅਗਲੇ ਕਦਮ ਬਾਰੇ ਕੋਈ ਫੈਸਲਾ ਕਰਨਗੇ ਜਿਕਰ ਖਾਸ ਤੌਰ 'ਤੇ ਅਸ਼ੋਕ ਗਹਿਲੋ ਸਰਕਾਰ ਵਿਰੁੱਧ ਬਗਾਵਤੀ ਰੁਖ ਅਪਣਾਉਣ ਵਾਲੇ ਪਾਇਲਟ ਅਤੇ ਉਨ੍ਹਾਂ ਦੇ ਸਾਥੀ ਨੇਤਾਵਾਂ ਵਿਰੁੱਧ ਕਾਂਗਰਸ ਨੇ ਮੰਗਲਵਾਰ ਨੂੰ ਸਖਤ ਕਾਰਵਾਈ ਕੀਤੀ ਪਾਰਟ ਨੂੰ ਉਪ ਮੁੱਖ ਮੰਤਰੀ ਅਹੁਦੇ ਦੇ ਨਾਲ ਨਾਲ ਪਾਰਟੀ ਦੇ ਪ੍ਰਦੇਸ਼ ਪੰਡਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਦੋ ਸਮਰਥਕ ਮੰਤਰੀਆਂ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੁਣ ਬਾਅਦੇ ਅਗਲੀ ਖਬਰ ਵੱਲ ਦੇਸ਼ ਵਿੱਚ ਮਹਾਂਮਾਰੀ ਦੇ ਦਿਨੋ ਦਿਨ ਵਧਦੇ ਕਹਿਰ ਦਰਮਿਆਨ ਪਿਛਲੇ 24 ਘੰਟੇ ਦੌਰਾਨ ਹੁਣ ਤੱਕ ਸਭ ਤੋਂ ਵੱਧ ਰਿਕਾਰਡ 29429 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਪੀੜਤਾਂ ਦਾ ਅੰਕੜਾ 936 ਲੱਖ ਦੇ ਪਾਰ ਪਹੁੰਚ ਗਏ ਹਾਲਾਂਕਿ ਰਾਤ ਭਰੀ ਖਬਰ ਐਵੀਏਕੀ ਇਸ ਦੌਰਾਨ ਵਾਇਰਸ ਨੂੰ 20000 ਤੋਂ ਵਧੇਰੇ ਮਰੀਜ਼ ਮਾਰ ਦੇ ਚੁਕੇ ਨੇ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਪਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਦੇ 29429 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 936181 ਹੋ ਗਈ ਪਿਛਲੇ 24 ਘੰਟਿਆਂ ਦੌਰਾਨ 582 ਲੋਕਾਂ ਦੀ ਮੌਤ ਹੋ ਜਾਣ ਮਰਤ ਦਾ ਅੰਕੜਾ ਵਧ ਕੇ 24309 ਤੇ ਪਹੁੰਚ ਗਿਆ ਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਦੇ ਵਿਚਾਰੇ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਹੁਣ ਤੱਕ 59232 ਲੋਕ ਮਹਾਂਮਾਰੀ ਤੋਂ ਰੋਕ ਮੁਕਤ ਹੋਏ ਨੇ ਦੇਸ਼ ਵਿੱਚ ਮਹਾਂਮਾਰੀ ਦੇ 310840 ਸਰਗਰਮ ਮਾਮਲੇ ਨੇ ਮਹਾਂਮਾਰੀ ਨਾਲ ਸਬਤ ਤੋਂ ਵਧੇਰੇ ਮਹਾਰਾਸ਼ਟਰ ਸੂਬਾ ਪ੍ਰਭავਿਤ ਹੈ ਜਿੱਤੇ ਪਿਛਲੇ 24 ਘੰਟੇ ਦੌਰਾਨ 6741 ਨਵੇਂ ਮਾਮਲੇ ਸਾਹਮਣੇ ਆਏ ਇਸ ਤਰ੍ਹਾਂ ਇੱਥੇ ਪੀੜਤਾ ਦਾ ਅੰਕੜਾ ਵਧ ਕੇ 26765 ਤੇ ਪਹੁੰਚ ਗਿਆ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟੇ ਦੌਰਾਨ 213 ਲੋਕਾਂ ਦੀ ਮੌਤ ਹੋਈ ਅਤੇ ਜਿਸ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 10695 ਤੇ ਪਹੁੰਚ ਗਿਆ ਵਾਇਰਸ ਨਾਲ ਪੀੜਿਤ ਹੋਣ ਵਾਲੇ ਮਾਮਲੇ ਵਿੱਚ ਦੂਸਰੇ ਨਮਰੇ ਤਾਮੇ ਲਾਟੂ ਇਥੇ ਵਾਰਿਸ ਕਰਨ ਪੀੜਤਾ ਦੀ ਗਿਣਤੀ 147324 ਤੇ ਪਹੁੰਚ ਚੁੱਕੀ ਹੈ ਹੁਣ ਤੱਕ 2099 ਲੋਕਾਂ ਦੀ ਮੌਤ ਹੋਈ ਹੈ ਇਸ ਤੋਂ ਇਲਾਵਾ ਦਿੱਲੀ ਬਿਹਾਰ ਕਰਨਾਟਕ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਮਹਾਮਾਰੀ ਦੇ ਮਾਮਲੇ ਲਗਾਤਾਰ ਹੀ ਵਧ ਰਹੇ ਹਨ ਉਥੇ ਹੀ ਮਹਾਮਾਰੀ ਪੰਜਾਬ ਵਿੱਚ ਬੇਕਾਬੂ ਹੁੰਦੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਮਹਾਮਾਰੀ ਕਾਰਨ ਮਰੀਜ਼ ਮੌਤ ਦੇ ਮੂੰਹ ਵਿੱਚ ਆ ਰਹੇ ਨੇ ਉਥੇ ਪੋਜ਼ੀਟਿਵ ਕੇਸਾਂ ਵਿੱਚ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਮਾਮਲੇ ਵਿੱਚ ਅੰਮ੍ਰਿਤਸਰ ਵਿੱਚੋਂ 15 ਮਹਾਮਾਰੀ ਦੇ ਪੋਜ਼ੀਟਿਵ ਕੇਸ ਪਾਈ ਗਏ ਨੇ ਇਸ ਦੇ ਨਾਲ ਹੀ ਮਹਾਮਾਰੀ ਦੇ ਕਾਰਨ ਇੱਕ ਮਰੀਜ਼ ਦੀ ਅੱਜ ਮੌਤ ਵੀ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪ੍ਰਤਾਪ ਨਗਰ ਦੇ ਰਹਿਣ ਵਾਲੇ 42 ਸਾਲਾ ਯੋਧਵੀਰ ਸਿੰਘ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ ਇਸ ਦੇ ਨਾਲ ਹੀ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਪੋਜ਼ੀਟਿਵ ਕੇਸਾਂ ਦਾ ਅੰਕੜਾ 1136 ਤੇ ਪਹੁੰਚ ਗਿਆ ਜਿਨ੍ਹਾਂ ਵਿੱਚ 920 ਮਰੀਜ਼ ਇਲਾਜ ਹੋਂ ਉਪਰੰਤ ਕਰ ਅਨੁਪਰਤ ਚੁੱਕੇ ਨੇ ਜਦਕਿ ਐਕਟਿਵ ਕੇਸਾਂ ਦੀ ਗਿਣਤੀ 160 ਦੇ ਕਰੀਬ ਹੈ ਅੰਮ੍ਰਿਤਸਰ ਵਿੱਚ ਮਹਾਮਾਰੀ ਕਾਰਨ ਹੋਂ ਤੱਕ 55 ਮੌਤਾਂ ਹੋ ਚੁੱਕੀਆਂ ਨੇ ਉਥੇ ਜੇਲਾ ਪਟਿਆਲਾ ਸ਼ਹਿਰ ਨਾਬਾਦੇ अजीत ਨਗਰ ਵਿੱਚ ਮੂਡ ਮਹਾਮਾਰੀ ਦੇ 3 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿੱਚ 30 ਸਾਲਾਂ ਅਤੇ 31 ਸਾਲ ਔਰਤਾਂ ਅਤੇ 35 ਸਾਲਾ ਵਿਅਕਤੀ ਸ਼ਾਮਲ ਹੈ। ਐਸ ਡੀ ਐਮ ਨਾਬਾ ਕਾਲਾ ਰਾਮ ਕਾਉਂਸਲ ਵੱਲੋਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਹੀ ਇਸ ਪਿਆੜੀ ਮਹਾਮਾਰੀ ਤੋਂ ਬਚਾ ਜਾ ਸਕਦਾ ਹੈ। ਨਵਾਂ ਸ਼ਹਿਰ ਵਿਖੇ ਮਹਾਮਾਰੀ ਦਾ ਕਹਿਰ ਲਗਾਤਾਰ جاری ਹੈ ਇਸ ਦੇ ਤਹਿਤ ਅੱਜ ਨਵਾਂ ਸ਼ਹਿਰ ਵਿਖੇ 9 ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਜਿਸ ਵਿੱਚ 8 ਮਾਮਲੇ ਨਵਾਂ ਸ਼ਹਿਰ ਦੇ ਵਕਵਕ ਮੋਹੱਲਿਆਂ ਦੇ ਇੱਕ ਮਾਮਲਾ ਨੇੜਲੇ ਪਿੰਡ ਜੱਸੋ ਮਾਚਰਾ ਦਾ ਹੈ ਸਿਵਲ ਸਰਜਨ ਡਾਕਟਰ ਰਾਜਿੰਦਰ ਪਾਟ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਅੱਜ ਪੋਜ਼ਿਟਿਵ ਆਏ ਨਵੇਂ ਕੇਸਾਂ ਵਿੱਚ ਵਧੇਰੇ ਨਵਾਂ ਸ਼ਹਿਰ ਦੇ ਦੁਕਾਨਾਂ ਤੇ ਪਾਇਏ ਗਏ ਪੋਜ਼ਿਟਿਵ ਮਾਮਲੇ ਦੇ ਸੰਪਰਕ ਵਿੱਚ ਨੇ ਉਨਾ ਦੱਸਿਆ ਕਿ ਨਵਾਂ ਸ਼ਹਿਰ ਦੇ ਫ੍ਰੈਂਡਸ ਕਨੋਨੀ ਅਤੇ ਗਣੇਸ਼ ਨਗਰ ਨਵਾਂ ਸ਼ਹਿਰ ਦੇ 4-4 ਮਾਮਲੇ ਨੇ ਜਿਸ ਵਿੱਚੋਂ ਤਿੰਨ ਔਰਤਾਂ ਨੇ ਜਦਕੀ ਜਸੂ ਮਾਜਰਾ ਵੇਖੇ ਇੱਕ ਔਰਤ ਪੋਜ਼ਿਟਿਵ ਆਈ ਗਈ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਨਵਾਂ ਸ਼ਹਿਰ ਵਿੱਚੇ ਪੋਜ਼ਿਟਿਵ ਦੇ ਹੁਣ ਤੱਕ ਕੁੱਲ 234 ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚੋਂ 148 ਮਰੀਜ਼ ਰਿਕਵਰ ਹੋ ਕੇ ਘਰਨ ਉਪਰਤ ਚੁੱਕੇ ਨੇ। ਐਕਟਿਵ ਮਾਮਲਿਆਂ ਦੀ ਗਿਣਤੀ 85 ਹੈ ਜਦਕਿ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਡਾਕਟਰ ਪਾਟਿਆ ਨੇ ਕਿਹਾ ਕਿ ਹੁਣ ਤੱਕ 13135 ਲੋਕਾਂ ਦੇ ਸੈਂਪਲ ਲਈ ਗਈ ਨੇ ਜਿਨ੍ਹਾਂ ਵਿੱਚੋਂ 360 ਦੀ ਰਿਪੋਰਟ ਆਉਣੀ ਅਜੇ ਬਾਕੀ ਨੇ ਉਧਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਮਹਾਮਾਰੀ ਨੂੰ ਮਾਤ ਦੇਣ ਵਾਲੇ ਦੀ ਗਿਣਤੀ 100 ਹੋ ਗਈ ਹੈ ਜਦਕਿ ਅੱਜ ਮਹਾਮਾਰੀ ਬਿਮਾਰੀ ਦੇ ਦੋ ਨਵੇਂ ਕੇਸ ਸਾਹਮਣੇ ਆਏ ਕੜਕੀ ਚੀਲੇ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਰਿਫਰਿਟ ਕੋਟ ਵਿਕੇ ਮਹਾਮਾਰੀ ਕਾਰਨ ਮੌਤ ਦੀ ਦੁਖਦਾਈ ਖਬਰ ਹੈ ਇਹ ਜਾਣਕਾਰੀ ਚੀਲੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਉ ਸਿੰਘ ਸੰਧੂ ਨੇ ਦਿੱਤੀ ਉਹਨਾਂ ਦੱਸਿਆ ਕਿ ਜੋ ਦੋ ਕੇਸ ਪੋਜ਼ੀਟਿਵ ਪਾਏ ਗਏ ਨੇ ਉਹਨਾਂ ਵਿੱਚੋਂ ਇੱਕ 26 ਸਾਲਾ ਵਿਅਕਤੀ ਦਾ ਚੰਡੀਗੜ੍ਹ ਦੀ ਯਾਤਰਾ ਦਾ ਪਿੱਛੋਕੜ ਹੈ ਜਦਕਿ ਦੂਸਰਾ ਪੁਲਿਸ ਮੁਲਾਜ਼ਮ ਹੈ ਇਸ ਤੋਂ ਬਿਨਾ ਅੱਜ ਇੱਕ ਵਿਅਕਤੀ ਮਹਾਂਮਾਰੀ ਨੂੰ ਮਾਤ ਦੇਣ ਵਿੱਚ ਵੀ ਸਫਲ ਵੀ ਹੋਇਆ ਹੈ ਇਸ ਤਰ੍ਹਾਂ ਹੁਣ ਜ਼ਿਲ੍ਹੇ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਹੋ ਗਈ ਹੈ ਜਦਕਿ 100 ਲੋਕ ਠੀਕ ਹੋ ਕੇ ਕਾਰਨ ਉਪਰਤ ਚੁੱਕੇ ਨੇ ਜਿਸ ਵਿਅਕਤੀ ਦੀ ਮੌਤ ਹੋਈ ਉਹ ਪਹਿਲਾਂ ਕਿਸੇ ਨਿੱਜੀ ਹਸਪਤਾਲ ਵਿੱਚ ਕਿਸੇ ਹੋਰ ਬਿਮਾਰੀ ਦੇ ਇਲਾਜ ਲਈ ਦਾਖਲ ਹੋਇਆ ਸੀ ਜਿੱਥੋਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਕੇ ਰੈਫਰ ਕੀਤਾ ਗਿਆ ਸੀ ਜਿੱਥੇ ਹੋਏ ਟੈਸਟ ਦੌਰਾਨ ਉਸ ਨੂੰ ਮਹਾਂਮਾਰੀ ਹੁੰਦੀ ਪੁਸ਼ਟੀ ਹੋਈ ਸੀ ਅਤੇ ਉੱਤੇ ਹੀ ਉਸ 52 ਸਾਲਾ ਮ੍ਰਿਤਕ ਜਲਾਲਾਬਾਦ ਤਹਿਸੀਲ ਨਾਲ ਸੰਬੰਧਿਤ ਸੀ ਪੰਜਾਬ ਕੈਬਨਿਟ ਮੰਤਰੀ ਤਿਪਤ ਰਜਿੰਦਰ ਸਿੰਘ ਬਾਜਬਾਨ ਨੂੰ ਮਹਾਮਾਰੀ ਹੋਣ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਮਹਾਮਾਰੀ ਟੈਸਟ ਕਰਵਾਉਣ ਸਾਰੇ ਮੰਤਰੀਆਂ ਕੋਲੋਂ ਮਹਾਮਾਰੀ ਟੈਸਟ ਕਰਵਾਉਣ ਬਾਰੇ ਸਹਿਮਤੀ ਮੰਗੀ ਜਾ ਰਹੀ ਹੈ ਪੰਜਾਬ ਮੁੱਖ ਮੰਤਰੀ ਆਪਣਾ ਮਹਾਮਾਰੀ ਟੈਸਟ ਵੀ ਕਰਾਉਣਾ ਚਾਹੁੰਦੇ ਨੇ ਤਸਦੀਕੀ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਦੂਸਰੀ ਵਾਰ ਮਹਾਂਮਾਰੀ ਰਿਪੋਰਟ ਪੋਜ਼ਿਟਿਵ ਆਈ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਮੁਹਾਲੇ ਦੇ ਫੋਰਟਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕੈਪਡ ਮੰਤਰੀ ਦਾ ਬੀਤੀ 10 ਜੁਲਾਈ ਨੂੰ ਟੈਸਟ ਕਰਵਾਇਆ ਗਿਆ ਸੀ ਜੋ ਕਿ 11 ਜੁਲਾਈ ਨੂੰ ਰਿਪੋਰਟ ਆਉਂਦੇ ਪੋਜ਼ਿਟਿਵ ਆਇਆ ਗਿਆ ਸੀ ਇਸ ਤੋਂ ਬਾਅਦ ਕੱਲ ਦੁਬਾਰਾ ਉਹਨਾਂ ਦਾ ਟੈਸਟ ਲਿਤਾ ਗਿਆ ਸੀ ਜੋ ਕਿ ਪੋਜ਼ਿਟਿਵ ਆਇਆ ਜਾਣਕਾਰੀ ਮੁਤਾਬਕ 37 ਜਿੰਦਰ ਸਿੰਘ ਬਾਜ਼ਵਾ ਦੇ ਘਰ ਨੂੰ ਸੈਨੀਟਾਈਜ਼ ਕਰਵਾਇਆ ਜਾ ਰਿਹਾ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਦਾ ਵੀ ਮਹਾਂਮਾਰੀ ਟੈਸਟ ਕਰਵਾਇਆ ਜਾਏਗਾ ਅਤੇ ਜਿਨ੍ਹਾਂ ਨਾਲ ਉਨ੍ਹਾਂ ਦਾ ਸੰਪਰਕ ਹੋਇਆ ਉਹਨਾਂ ਲੋਕਾਂ ਦੇ ਵੀ ਟੈਸਟ ਹੋਣਗੇ ਦੱਸਦੇ ਕਿ ਮੰਤਰੀ ਬਾਜ਼ਵਾ ਦੀ ਹਾਲ ਤਸਦੀਰ ਹੈ ਅਤੇ 1-2 ਦਿਨਾਂ ਲਈ ਨਿਗਰਾਨੀ ਵਿੱਚ ਰੱਖਣ ਤੋਂ ਬਾਅਦ ਘਰ ਵਿੱਚ ਇਕਾਂਤ ਵਾਸ ਲਈ ਭੇਜ ਜਾਵੇਗਾ ਹੁਣ ਬਾਤੇ ਅਗਲੀ ਖਬਰ ਵੱਲ ਕੱਚੇ ਤੇਲ ਦੀ ਕੀਮਤ ਕਈ ਵਾਰੀ ਸੁਸਤ ਹੋ ਜਾਂਦੀ ਹੈ ਕਈ ਵਾਰ ਰੇਗਣ ਲੱਗ ਜਾਂਦੀ ਹੈ ਵਿਸ਼ਵ ਵਿਆਪੀ ਤੇਲ ਬਾਜ਼ਾਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਅੱਜ ਕਰੇਲੂ ਬਾਜ਼ਾਰ ਵਿੱਚ ਵੇਖਣ ਨੂੰ ਮਿਲਿਆ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਨੂੰ ਕੱਲ ਦੇ ਮੁੱਲ ਤੇ ਛੱਡ ਦਿੱਤਾ ਜਦੋਂ ਕਿ ਡੀਜ਼ਲ ਦੀ ਕੀਮਤ ਵਿੱਚ 13 ਪੈਸੇ ਦਾ ਵਾਧਾ ਕੀਤਾ ਗਿਆ। ਇਸ ਤੋਂ ਪਹਿਲਾਂ ਕੱਲ ਦੋਵੇਂ ਤੇਲ ਦੀਆਂ ਕੀਮਤਾਂ ਇੱਕੋ ਜਿਹੀਆਂ ਸਨ। ਪਰਸੋ ਦਿੱਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ 81.18 ਰੁਪਏ ਤੱਕ ਪਹੁੰਚ ਗਈ। ਜਦੋਂ ਕਿ ਦੇਸ਼ ਵਿੱਚ ਸਭ ਤੋਂ ਵੱਧ ਦਿੱਲੀ ਦੇਸ਼ ਦਾ ਇਕਲੌਤਾ ਅਜਿਹਰਾ ਰਾਜ ਹੈ ਜਿੱਥੇ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਵੀ ਦ ਹੈ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦਾ ਕੰਟਰੋਲ ਹਟਾ ਲੈਣ ਤੋਂ ਬਾਅਦ ਪੈਟਰੋਲ ਕੰਪਨੀਆਂ ਕੋਲ ਤੇਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਆ ਗਿਆ ਇਸ ਤੋਂ ਬਾਅਦ ਰੋਜ਼ਾਨਾ ਸਵੇਰੇ 6 ਵਜੇ ਦੀ ਕੀਮਤ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਨਵੇਂ ਰੇਟ ਲਾਗੂ ਕੀਤੇ ਜਾਂਦੇ ਨੇ ਉਤਰਾਖੰਡ ਦੀ ਰਾਜਧਾਨੀ ਦੇਰਾਦੂਨ ਦੇ ਚੁੱਕਖੂ ਵਾਲੇ ਇਲਾਕੇ ਵਿੱਚ ਇੱਕ ਮਕਾਨ ਟੱਗ ਗਿਆ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਸੂਬਾ ਆਫਤ ਪ੍ਰਤੀਕਿਰਿਆ ਬਲਦੀ ਟੀਮ ਬਚਾਅ ਕੰਮ ਵਿੱਚ जुट ਗਈ ਹੈ। ਉਨ੍ਹਾਂ ਨੇ 6 ਲੋਕਾਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ। ਜਦਕਿ 3 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਖ਼ਦਸ਼ਾ ਹੈ ਕਿ ਅਜੇ ਵੀ ਕਈ ਲੋਕ ਮਲਬੇ ਹੇਠਾਂ ਦਬੇ ਹੋਏ ਨੇ। ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਜਾਰੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਦੇਰ ਰਾਤ ਤੇਜ਼ ਮੀਂਹ ਕਾਰਨ ਵਾਪਰਿਆ। ਮਕਾਨ ਟੈਂਕਰਨ ਕਾਰਨ ਕਾਰ ਵਿੱਚ ਸੌ ਰਹੇ ਪਰਿਵਾਰ ਦੇ ਸਾਰੇ ਮੈਂਬਰ ਮਲਬੇ ਹੇਠਾਂ ਦਬੇ। ਮਿਹਦੇ ਸ਼ੁਰੂਆਤੀ ਦੌਰ ਵਿੱਚ ਦੇਰਹਾਦੋਂ ਵਿੱਚ ਇਹ ਵੱਡਾ ਹਾਸਾ ਹੈ 2 ਸਾਲ ਪਹਿਲਾਂ ਵੀ ਇਸੇ ਖੇਤਰ ਨੇੜਲੇ ਮਕਾਨ ਟਹਿ ਜਾਣ ਨਾਲ ਲੋਕਾਂ ਦੀ ਮੌਤ ਹੋ ਗਈ ਸੀ ਇਸ ਵਾਰ ਫਿਰ ਹਾਦਸੇ ਕਾਰਨ ਆਲੇ ਦੁਆਲੇ ਦੇ ਲੋਕ ਸਹਿਮੇ ਜਿਨੇ ਨਵਾਂ ਵਾਦ ਅਗਲੀ ਖਬਰ ਵੱਲ ਪੰਚਕੋਲਾ ਦੇ ਇੱਕ ਆਮ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਡਾਕਟਰ ਦੀ ਨਰਸਿੰਗ ਸਟਾਫ ਵੱਲੋਂ ਕੁੱਟਮਾਰ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਨੇ ਕਥਿਤ ਤੌਰ ਤੇ ਨਰਸ ਨਾਲ ਛੇੜਖਾਨੇ ਕੀਤੀ ਸੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਨਰਸਾਂ ਨੇ ਡਾਕਟਰ ਦੀ ਕੁੱਟਮਾਰ ਕੀਤੀ ਤੇ ਡਾਕਟਰ ਖਿਲਾਫ ਨਾਰਾਜ਼ਗੀ ਕੀਤੀ ਹਰਿਆਣਾ ਦੇ ਮਹਿਲਾ ਆਯੋਗ ਨੇ ਇਸ ਮਾਮਲੇ ਦੀ ਨਿਸ਼ਾਨਦੇਹੀ ਕੀਤੀ ਹੈ ਮੋਗਾ ਤੋਂ ਇੱਕ ਬਿਹਤਰ ਸੰਸਨੀ ਖੀਜ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਕੱਪੜਾ ਵਪਾਰੀ ਦਾ ਗੋਰੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਰਿਤਿਕ ਦੀ ਪਛਾਣ ਤਜਿੰਦਰ ਸਿੰਘ ਵਜੋਂ ਹੋਈ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਇਹ ਵਾਰਦਾਤ ਦੇ ਸ਼ਾਮ ਦੀ ਹੈ ਜਿਗਰ ਖਾਸ ਹੈ ਕਿ ਵਾਰਦਾਤ ਸੀਟੀ ਥਾਣਾ ਨੰਬਰ 2 ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਵਾਪਰੀ ਮੁਲਜ਼ਮਾ ਨੇ ਬਾਜ਼ਾਰ ਵਿੱਚ ਇੱਕ ਰੈਡੀਮੇਡ ਸ਼ੋਰੂਮ ਅੰਦਰ ਦਾਖਲ ਹੋ ਕੇ ਅੰਨੇ ਵਾ ਗੋਲੀਆਂ ਚਲਾ ਦਿੱਤੀ ਜਿਸ ਵਿੱਚ ਦੁਕਾਨ ਦੇ ਮਾਲਕ ਨੂੰ 4 ਫਾਇਰ ਵੱਜੇ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਦੋਂ ਘਟਨਾ ਦਾ ਪਤਾ ਚੱਲਦਿਆਂ ਹੀ ਐਸਐਸਪੀ ਪੁਲਿਸ ਪਾਰਟੀ ਸੀਮਿਤ ਘਟਨਾ ਵਾਲੇ ਸਥਾਨ ਤੇ ਪਹੁੰਚੀ ਉਨ੍ਹਾਂ ਆਖਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪੈਂਦੇ ਪਿੰਡ ਮੁਹੰਮਦ ਪੀਰੇਕੇ ਦੀ ਇੱਕ ਲੜਕੀ ਵੱਲੋਂ ਪਤੀ ਨੂੰ ਨਜਾਇਜ਼ ਸਬੰਧਾਂ ਤੋਂ ਰੋਕਾਂਤੇ ਪਤੀ ਵੱਲੋਂ ਆਪਣੀ ਪਰਜਾਈ ਅਤੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਪਤਨੀ ਨੂੰ ਅੱਗ ਦੇ ਹਵਾਲੇ ਕਰਕੇ ਸਾੜ ਦਿੱਤਾ ਗਿਆ ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਵੇਖਦਿਆਂ ਫਿਰ ਤੋਂ ਰੈਫਰ ਕਰ ਦਿੱਤਾ ਹੈ ਇਲਾਜ ਦੌਰਾਨ 피ੜਤ ਲੜਕੀ ਨੇ ਬੀਤੀ ਦੇਰ ਰਾਤ ਦਮ ਤੋੜ ਦਿੱਤਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੜਕੀ ਨੇ ਸਾਨੂੰ ਫੋਨ ਤੇ ਪਹਿਲਾਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਮੇਰੇ ਪਤੀ ਨੇ ਆਪਣੇ ਪਰਜਾਈ ਨਾਲ ਨਜਾਇਜ਼ ਸੰਬੰਧ ਨੇ ਜਿਸ ਕਾਰਨ ਉਸ ਦਾ ਪਤੀ ਉਸ ਨੂੰ ਮਾਰਤਾ ਕੁੱਟਦਾ ਹੈ ਪੁਲਿਸ ਜਾਂਚ ਨੇ ਜੱਜ ਅਧਿਕਾਰੀ ਨੇ ਕਿਹਾ ਹੈ ਕਿ ਲੜਕੀ ਦਿਲਾਸ਼ ਕਬਜ ਚੁਲਾਈ ਕੇ ਫੋਰਸ ਮਾਰਟਮ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਪਹਿਲਾਂ 307 ਦਾ ਮਾਮਲਾ ਤਿੰਨ ਜਾਣਿਆ ਤੇ ਦਰਜ ਕੀਤਾ ਗਿਆ ਸੀ ਜਿਨਾ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕਰ ਲਿੱਤਾ ਗਿਆ ਵਿਰਤਕਾ ਦੀ ਮੌਤ ਤੋਂ ਬਾਅਦ ਹੁਣ ਜੁਰਮ ਵਿੱਚ ਵਾਦਾ ਕਰਦੇ ਆ 302 ਵਿੱਚ ਬਦਲ ਦਿੱਤਾ ਉਨ੍ਹਾਂ ਆਖਿਆ ਕਿ ਜਾਂਚ ਤੋਂ ਬਾਅਦ ਦੋਸ਼ੀ ਪਾਇਆ ਜਾਣਵਲ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਚਾਰ ਗੈਂਗਸਟਰਾਂ ਨੇ ਬਾਹਾਂ ਦੀਆਂ ਨਸਾਂ ਕੱਟ ਕੇ ਖੁਦ ਨੂੰ ਜ਼ਖਮੀ ਕਰ ਲਿਆ ਪੁਲਿਸ ਵੱਲੋਂ ਉਹਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਗੈਂਗਸਟਰ ਕਤਲ ਦੇ ਮਾਮਲੇ ਵਿੱਚ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਸਨ ਤੇ ਇਹਨਾਂ ਨੇ ਨੁਕੀਲੇ ਚਮਚਾ ਨਾਲ ਆਪਣੀਆਂ ਨਸਾਂ ਕੱਟ ਲਈ ਸੀਆਈਏ ਸਟਾਫ ਵੱਲੋਂ ਏਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸ਼੍ਰੀ ਮੁਕਸਸ ਸਾਹਿਬ ਦੀ ਪੁਲਿਸ ਨੇ ਸ਼੍ਰੀ ਮੁਕਸਸ ਸਾਹਿਬ ਦੀ ਥਾਂਦੇ ਵਾਲਾ ਰੋਡ ਤੇ ਗੁਪਤ ਸੂchna ਦੇ ਆਧਾਰ ਤੇ ਰੇਡ ਮਾਰ ਕੇ ਇੱਕ ਘਰ ਵਿੱਚ ਚੱਲ ਰਹੇ ਦੀਵਾਬਾਦ ਦੇ ਤੰਦੇ ਦਾ ਪਰਦਾਫਾਸ਼ ਕੀਤਾ ਅਤੇ ਮੌਕੇ ਤੇ ਤਿੰਨ ਔਰਤਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਖਿਲਾਫ ਵੱਖ-ਵੱਖ ਤਰਾਮਾ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਥਾਣਾ ਸਿਟੀ ਦੇ ਇੰਚਾਰਜ ਮੋਹਨ ਲਾਲ ਨੇ ਕਿਹਾ ਕਿ ਸੂchna ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਬੂਹਰ ਦੇ ਅਜੀਤ ਨਗਰ ਵਿੱਚ ਬਰਸਾਤ ਦੇ ਕਾਰਨ ਕਰਦੀ ਛਾਤੇ ਡਿੱਗਣ ਨਾਲ 6 ਸਾਲਾ ਬੱਚੀ ਦੀ ਮਲਬੇ ਹੇਠਾਂ ਦਬਨ ਨਾਲ ਮੌਤ ਹੋ ਗਈ ਅਤੇ ਉਸ ਦਾ ਪਰਿਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਜਿਸ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਇਸ ਮੌਕੇ ਗਵਾਂਡੀਆਂ ਨੇ ਕਿਹਾ ਕਿ ਪਰਿਵਾਰ ਕਾਫੀ ਗਰੀਬ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਉਹਨਾਂ ਕਿਹਾ ਕਿ ਛੱਤ ਵਿੱਚ ਬਰਸਾਤ ਦਾ ਪਾਣੀ ਪੈਣ ਨਾਲ ਛੱਤ ਟਿਗੀ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਤਾਂ ਜੋ ਉਹ ਆਪਣੇ ਬੇਟੇ ਦਾ ਠੀਕ ਢੰਗ ਨਾਲ ਇਲਾਜ ਕਰਵਾ ਸਕਣ ਅਤੇ ਉਹ ਆਪਣਾ ਮਕਾਨ ਦੁਬਾਰਾ ਬਣਾ ਸਕਣ ਖਨੋਰੀ ਨਾਲ ਲੱਗਦੇ ਪਿੰਡ ਬਨਾਰਸੀ ਵਿਖੇ ਕਿਸਾਨਾਂ ਦੀ ਲਗਭਗ 100 ਏਕੜ ਰਕਬੇ ਵਿੱਚ ਖੜੀ ਝੋਨੇ ਦੀ ਫਸਲ ਬਰਸਾਤੀ ਪਾਣੀ ਦੇ ਲੀਪੇਟ ਵਿਚ ਆ ਗਏ ਜਿਸ ਨਾਲ ਕਿ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਸਾਨਾਂ ਨੇ ਕਿਹਾ ਕਿ ਖਨੋਰੀ ਦੇ ਸੂਏ ਦੇ ਨਾਲ ਲੱਗਦੇ ਖੇਤਾਂ ਦਾ ਬਰਸਾਤੀ ਪਾਣੀ ਉਨ੍ਹਾਂ ਦੀਆਂ ਫਸਲਾਂ ਨੂੰ ਡੋਬ ਦਿੰਦਾ ਜਿਸ ਨਾਲ ਉਨ੍ਹਾਂ ਦੀ ਫਸਲ ਖਰਾਬ ਹੁੰਦੀ ਹੈ ਉਨ੍ਹਾਂ ਪ੍ਰਸ਼ਾਸਨ ਨੂੰ ਮਦਦ ਦੀ गुहार ਲਗਾਈ ਮਿਸ਼ਨ ਤੰਦਰੁਸਤ ਤਹਿਤ ਫੂਡ ਸੇਫਟੀ ਅੰਡਰਸਟੈਂਡ ਐਕਟ ਦੀ ਇਨਪਿਨ ਪਾਲਣਾ ਨੂੰ ਕਰਾਉਣ ਅਤੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਹਾਈਜਾਇਨਿਕ ਖਾਤ ਪਦਾਰਥ ਸਪਲਾਈ ਯਕੀਨੀ ਬਣਾਉਣ ਲਈ ਹੁਸ਼ਿਆਰਪੁਰ ਵਿੱਚ ਸਿਹਤ ਵਿਭਾਗ ਮੁਸ਼ਤੈਰ ਨਿਗਰਾਨਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਚਬੇਵਾਲ ਖੇਤਰ ਦੀਆਂ ਕਰਿਆਨਾ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ 10 ਸੈਂਪਲ ਲੈ ਕੇ ਅਗਲੀ ਰੀ ਜਾਂਚ ਲਈ ਚੰਡੀਗੜ੍ਹ ਲੈਬ ਨੂੰ ਭੇਜ ਦਿੱਤੇ ਗਏ। ਰਾਏਕੋਟ ਅਧੀਨ ਪੈਂਦੇ ਪਿੰਡ ਤੁਗਲਦਾ ਖਸਤਾ ਹਾਲਤ ਨਹਿਰੀ ਪੁਲ ਉਦਘਾਟਨ ਦੇ ਬਾਅਦ ਡੇਢ ਸਾਲ ਵਿੱਚ ਵੀ ਮੁਕੰਮਲ ਨਾ ਹੋਤੇ ਯੂਥ ਅਕਾਲੀ ਦਲ ਜ਼ਿਲ੍ਹਾ ਦੁਧਹਾਣਾ ਦਿਹਾਤੀ ਨੇ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਖਿਲਾਫ ਮੋਰਚਾ ਖੋਲ੍ਹਦਿਆਂ ਉਨ੍ਹਾਂ ਨੂੰ ਕੀਤਾ ਵਾਦਾ ਚੇਤੇ ਕਰਵਾਇਆ ਇਸ ਮੌਕੇ ਪਿੰਡ ਤੁਗਲਦਾ ਖਸਤਾ ਹਾਲਤ ਪੁਲ ਅਤੇ ਐਮਪੀ ਡਾਕਟਰ ਅਮਰ ਸਿੰਘ ਵੱਲੋਂ ਲਗਾਈਆਂ ਖਪਰਾ ਦੀ ਕਟਿੰਗ ਦਿਖਾਉਂਦੀਆਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਜੋਤ ਸਿੰਘ ਟਾਲੀਵਾਲ ਨੇ ਕਿਹਾ ਕਿ 28 ਫਰਵਰੀ 2019 ਨੂੰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ 2 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪੂਲ ਦਾ ਟੱਕ ਲਗਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਸੀ ਪਰੰਤੂ ਅੱਜ ਡੇਢ ਸਾਲ ਦੇ ਕਰੀਬ ਪੀਤ ਜਾਣ ਦੇ ਬਾਵਜੂਦ ਵੀ ਇਸ ਪੂਲ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਇਆ ਜਦਕਿ ਇਸ ਖਸਤਾ ਹਾਲਤ ਪੂਲ ਤੋਂ ਪਿੰਡ ਤੁਗਲ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਾਨ ਹੱਥੀਲੇ ਤੇ ਰੱਖ ਕੇ ਲੰਘਦੇ ਨੇ ਸਗੋਂ ਅੱਧ ਵਿਚਕਾਰੋਂ ਟੁੱਟੇ ਪੁੱਲ ਉੱਪਰ ਪਿਛਲੇ ਦੇ ਖੰਬੇ ਤੇ ਗਾਰਡ ਰੱਖ ਕੇ ਪਿੰਡ ਵਾਸੀਆਂ ਵੱਲੋਂ ਆਵਾਜ਼ਾਂ ਬਹਾਲ ਕੀਤੀ ਹੋਈ ਹੈ ਨਾ ਆਖਿਆ ਕਿ ਕੈਪਟਨ ਸਰਕਾਰ ਤੇ ਮੈਂਬਰ ਪਾਰਲੀਮੈਂਟ ਸਿਰਫ ਨੀ ਪੱਥਰਾਂ ਦੀ ਸਿਆਸਤ ਕਰ ਰਹੇ ਨੇ ਜਿਸ ਦਾ ਯੂਥ ਅਕਾਲੀ ਦਰ ਡਟਵਾ ਵਿਰੋਧ ਕਰੇਗੀ ਉਤੇ ਅੰਮ੍ਰਿਤਸਰ ਦੇ थाना ਰਾਮ ਬਾਗ ਦੇ ਇਲਾਕੇ ਕਟੜਾ ਬਕੀਆ ਵਿਖੇ ਇੱਕ ਵਾਰ ਦੀ ਗੋਦਾਮ ਵਿੱਚ ਸ਼ੋਸ਼ਕਟਨਾਤ ਪੈਨਕ ਅੱਗ ਲੱਗੀ ਜਿਸ ਕਾਰਨ ਗੋਦਾਮ ਵਿੱਚ ਪਿਆ ਪੂਰਾ ਗੱਤੇ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਉਤੇ ਹੀ ਅੱਗ ਬੁਝਾਓ ਗੱਡੀਆਂ ਨੇ ਅਗਦੇ ਕੰਮ ਪੂਰਾਇਆ ਜਾਤੋ ਸਥਾਨਕ ਸ਼ਹਿਰ ਦੇ ਕਈ ਗਲੀਆਂ ਮੋਹੱਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਦੇ ਕਾਰਨ ਸੀਵਰੇਜ ਦਾ ਗੰਦਾ ਪਾਣੀ ਭਰ ਗਿਆ ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਨੂੰ ਭਾਇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਇੱਕ ਪਹਿਲਾਂ ਤੋਂ ਹੀ ਮਹਾਂਮਾਰੀ ਤੇ ਦੂਸਰਾ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਦੇ ਰੋਸ 'ਵਜੋਂ ਵਸਨੀਕਾਂ ਨੇ ਤਹਿਸੀਲ ਕੰਪਲੈਕਸ ਵਿੱਚ ਜਮ ਕੇ ਨਾਰਾ ਬਾਜ਼ੀ ਕੀਤੀ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਇਸ ਮਸੱਦੇ ਜਲਦੀ ਹੱਲ ਕੀਤਾ ਜਾਵੇ। ਸੋ ਇਜ਼ਾਮ ਸਮਾਂ ਦੋ ਆ ਗਿਆ। ਧੰਨਵਾਦ।